Euzubillahimineşşeytanirracim. Bismillahirrahmanirrahim. Elhamdülillah, elhamdülillah. Asi aj mashq number 7. Sabak number sada 8 ya. Mashq ya ayn alfa ayn be ab ke ayn de naal alf kidan lagauna ayn na be kidan lagauni hai. ਇਹ ਅਸੀਂ ਅੱਜ ਸ਼ੁਰੂ ਕਰਾਂਗੇ ਉਹਦੇ ਨਾਲ ਨਾਲ ਮੈਂ ਇੱਕ ਮਜ਼ੀਦ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਅਸੀਂ ਇੱਕ ਕਿਤਾਬ ਬਣਾਈ ਸੀ ਜਿਹੜੀ ਕਿ ਅਰਸਾ ਦਰਾਜ 5 ਸਾਲ ਤੋਂ ਸਾਡੀ ਚੱਲ ਰਹੀ ਸੀ ਹੁਣ ਅਸੀਂ ਇੱਕ ਕਿਤਾਬ ਨਵੀਂ ਬਣਾ ਰਹੇ ਹਾਂ ਜਿਹੜੀ ਕਿ ਉਹਦੇ ਵਿੱਚ ਇੰਗਲਿਸ਼ ਵੀ ਆ ਔਰ ਉਰਦੂ ਵੀ ਆ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੂਰੇ ਪਾਕਿਸਤਾਨ 'ਚ ਜਿਹੜੇ ਨਾ ਬੁੱਕ ਡਿਪੂ ਵਗੈਰਾ ਸਟੇਸ਼ਨਰ ਦੁਕਾਨਾਂ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਉਹ ਅਸੀਂ ਕਾਫੀ ਦੋਸਤਾਂ ਨਾਲ ਰਾਬਤੇ ਕੀਤੇ ਨੇ ਕੁਝ ਦੋਸਤਾਂ ਦੇ ਸਾਡੇ ਤੱਕ ਐਡਰੈਸ ਪਹੁੰਚ ਗਏ ਨੇ ਕੁਝ ਰਹਿੰਦੇ ਨੇ ਮਜ਼ੀਦ ਜਿਹੜੇ ਲੋਕ ਵੀਡੀਓ ਸਾਡੀ ਦੇਖ ਰਹੇ ਨੇ ਉਹ ਤੋਂ ਕੋਈ ਫਾਇਦਾ ਲੈ ਰਹੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਅਗਰ ਕੋਈ ਅੱਛਾ ਬੁੱਕ ਡਿਪੂ ਸਟੇਸ਼ਨਰ ਜਿਹਦਾ ਆਰਟ ਦੇ ਮੁਤਲਕਾ ਸਮਾਨ ਵਗੈਰਾ ਹੋਵੇ ਉਹ ਸਾਡੇ ਨਾਲ ਰਾਬਤਾ ਕਰਕੇ ਸਾਨੂੰ ਆਪਣਾ ਦੁਕਾਨ ਦਾ ਨਾਮ ਐਡਰੈਸ ਫੋਨ ਨੰਬਰ ਭੇਜੇ ਅਸੀਂ ਉਸ ਕਿਤਾਬ ਦੇ ਵਿੱਚ ਲਗਾ ਦਈਏ ਤਾਂ ਕਿ ਉਹ ਕਿਤਾਬ ਉੱਥੋਂ ਮੁਹੱਈਆ ਹੋਵੇ ਉਹਨਾਂ ਨੂੰ ਮਿਲ ਸਕੇ ਔਰ ਸਾਡੀ ਕੋਸ਼ਿਸ਼ ਹੋਏਗੀ ਅਸੀਂ ਉਹਨਾਂ ਤੱਕ ਕਿਤਾਬ ਜਿਹੜੀ ਨਾ ਪਹੁੰਚਾਵਾਂਗੇ ਇਨਸ਼ਾਅੱਲਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮਸ਼ਕ ਨੰਬਰ ਸਾਡੀ 7 ਸਬਕ ਨੰਬਰ 62 ਆਇਨ ਅਲਫਾ ਦੀ ਮਸ਼ਕ ਅਸੀਂ ਸ਼ੁਰੂ ਕੀਤੀ ਆ ਇਹਦਾ ਅਸੀਂ ਆਇਨ ਅਲਫਾ ਆਇਨ ਬੇਅਬ ਅਸੀਂ ਲਿਖ ਚੁੱਕੇ ਹਾਂ ਅੱਜ ਅਸੀਂ ਲਿਖਾਂਗੇ ਆਇਨ ਜੀਮ ਅੱਜ ਤੋਂ ਸ਼ੁਰੂ ਕਰਾਂਗੇ ਨੁਕਤੇ ਦੀ ਸ਼ਕਲ ਬਣੇਗੀ ਮੈਂ ਇੱਦਾਂ ਕੋਨੇ ਨਾਲ ਇੱਧਰ ਲੈ ਕੇ ਜਾਵਾਂਗੇ ਵਾਪਸ ਆਇਨ ਦੀ ਤਰ੍ਹਾਂ ਬਣਨੇ ਨੇ ਫਿਰ ਇੱਥੇ ਜੀਮ ਬਣੇਗੀ ਅਸੀਂ ਇਹ ਤਿੰਨ ਤਰ੍ਹਾਂ ਲਿਖ ਰਹੇ ਹਾਂ ਕੱਚੀ ਪੈਨਸਲਾਂ ਵੀ ਲਿਖ ਰਹੇ ਹਾਂ ਤਾਂ ਕਿ ਪਹਿਲੀ ਦਫ਼ਾ ਬੰਦਾ ਉਹਦੇ ਨਾਲ ਸ਼ੁਰੂ ਕਰ ਲਵੇ ਫਿਰ ਉਸ ਤੋਂ ਬਾਅਦ ਟੱਕ ਵਾਲੀ ਮਾਰ ਕਰਨਾ ਸ਼ੁਰੂ ਕਰੇ ਅਗਰ ਇਹਦੇ ਨਾਲ ਵੀ ਲਿਖ ਲਿਆ ਤਾਂ ਫਿਰ ਉਸ ਤੋਂ ਬਾਅਦ ਕਾਨੇ ਦੀ ਕਲਮ ਆ ਫਿਰ ਉਹਦੇ ਤੱਕ ਆ ਜਾਵੇਗਾ ਫਿਰ ਉਹ ਆਸਾਨੀ ਹੋ ਜਾਂਦੀ ਹੈ ਛੋਟੇ ਲਫਜ਼ਾਂ ਤੋਂ ਬੜੇ ਲਫਜ਼ਾਂ ਤੱਕ ਜਾਣ ਵਾਸਤੇ ਕਿ ਮੈਂ ਅਕਸਰ ਕਹਿੰਦਾ ਕਿ ਇਹਦੇ 'ਚ ਕੋਈ ਵੀ ਕੰਮ ਹੈ ਜੋ ਉਹਦੀ ਮਸ਼ਕ ਆ ਜਿੰਨੀ ਤੁਸੀਂ ਮਸ਼ਕ ਜ਼ਿਆਦਾ ਕਰ ਲੈਣੀ ਹੈ ਓਨਾ ਹੀ ਉਹ ਤੁਹਾਡੇ ਵਾਸਤੇ ਆਸਾਨ ਹੁੰਦਾ ਜਾਣਾ ਆਇਆ ਸੀ ਆਇਨ ਜੀ ਮੱਝ ਅਤੇ ਇਹਦੇ ਨਾਲ ਹੁਣ ਅਸੀਂ ਆਇਨ ਦਾ ਲੱਦ ਇਹ ਸੀ ਜੀ ਸਾਡੀ ਅੱਜ ਦੀ ਮਸ਼ਕ ਟੱਕ ਵਾਲੀ ਮਾਰਕਰ ਦੇ ਨਾਲ Tell me that you love me, even if it's fake.